पंजाब दे विच गैर कानूनी तौर ते चल रहे जुगाड़ू रेहड़ियां नूं तुरंत बंद किते जाण दी मंग नूं लै के अज ऑल पंजाब टैंपू यूनियन दे सद्दे ते समराला विखे सवेर तों कुलाल टोल प्लाजा विखे वड्डी गिणती दे विच टैंपू अते जीप चालकां दे वल्लों धरना लगा दिता गया। लुधियाना चंडीगढ़ हाईवे पूर्ण तौर ते बंद कर दिता गया। इस दौरान उन्हां दी मंग है कि सरकार इन्हां जुगाड़ू मोटरसाइकिल रेहड़ियां ते तुरंत सख्ती दे नाल पाबंदी लगा के इन्हां नूं बंद करवाया जावे। मेरा नाम अमरजीत सिंह मछीवाड़ा तों जी। मैं साडा मेन मुद्दा इह है जी, असीं सुप्रीम कोर्ट दे विच पहला केस कीता सीगा। पंजाब लैवल दे उत्ते जुगाड़ू रेहड़े बहुत ज़्यादा साढ़े जिहड़े व्यापार नूं कामकार नूं प्रभावित कर रहे हैं। पंजाब सरकार हाई कोर्ट ने यह जगाड़ू रेहड़ियां पूर्ण तौर पर बैन करता, लेकिन पंजाब सरकार ने पहला साढ़े नाल वादा किया भी यह इन्हां दा पूरा बैन किए जाएंगे। एक दिन बैन करन तों बाद विच ओह दूसरे दिन शाम नूं उन्हां नूं जगाड़ू रेहड़ियां नूं पूरी खुल दित्ती गई है, जो कि साढ़े कामकार दे उत्ते बहुत इफेक्ट पा रही है। वड्डी गल इह आ उन्हां दा जिहड़ियां जिन्नियां भी गड्डियां ने, पिकअप ने, हाथी ने, इन्हां तों सरकार नूं आमदन आ। सानूं इह समझ नहीं आ रही भी जगाड़ू रेहड़ियां तों सरकार नूं की आमदन आ। ਉਹ ਸਾਡੀ ਸਰਕਾਰ ਨੂੰ ਪੁਰਜ਼ੋਰ ਅਪੀਲ ਇਹੀ ਆ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ। ਮੈਂ ਰਾਜ ਕੁਮਾਰ, ਪ੍ਰਧਾਨ ਸਮਰਾਲਾ ਜੁਨੀ ਤੋਂ, ਸਾਡੀ ਬੇਨਤੀ ਭਗਵੰਤ ਮਾਨ ਨੂੰ ਇਹੀ ਹੈ ਵੀ ਜਿਹੜੇ ਜਗਾੜੂ ਰੇਹੜੇ ਬਿਲਕੁਲ ਹੀ ਬੰਦ ਕੀਤੇ ਜਾਣ, ਜਦੋਂ ਕਿ ਚੰਡੀਗੜ੍ਹ ਤੋਂ ਹਾਈਕੋਰਟ ਤੋਂ ਬੰਦ ਕੀਤੇ ਗਏ ਤੇ ਇਹ ਦੋ ਇੱਕ ਦਿਨ ਬੰਦ ਰਹੇ ਟੋਲੀ, ਦੂਜੇ ਦਿਨ ਸ਼ੁਰੂ ਕਰਤੇ ਇਹਨਾਂ ਨੇ। ਹੁਣ ਸਾਨੂੰ ਟੈਕਸ ਦੇਣਾ ਪੈਂਦਾ, ਸਭ ਕੁਝ ਦੇਣਾ ਪੈਂਦਾ, ਸਾਡੇ ਤੋਂ ਇਹਨਾਂ ਨੂੰ ਬੈਨੀਫਿਟ ਹੈ। 48,000 ਰੁਪਇਆ ਸਲਾਨਾ ਨੂੰ ਖਰਚਾ ਮਿਲਦਾ ਸਰਕਾਰ ਨੂੰ, ਉਹਨਾਂ ਦਾ ਕੋਈ ਖਰਚਾ ਨਹੀਂ ਮਿਲਦਾ। ਐਕਸੀਡੈਂਟ ਉਹਨਾਂ ਤੋਂ ਹੋ ਸਕਦਾ, ਕੋਈ ਵੀ ਹੋ ਸਕਦਾ। ਅਤੇ ਸਾਡੀ ਬੇਨਤੀ ਇਹੀ ਹੈ ਵੀ ਵੋਟਾਂ ਅਸੀਂ ਪਾਉਣੀਆਂ, ਤੁਹਾਨੂੰ ਵੋਟਾਂ ਪਾਈਆਂ ਵੀ ਹੈ, ਜੇ ਕਣੇ ਕਰਦੇ ਰਹੇ ਤਾਂ ਅਸੀਂ ਘਰ ਸਾਡਾ ਹੋਰ ਵੀ ਤਿੱਖਾ ਹੋ ਜੂਗਾ। ਅੱਜ ਸ਼ਹੀਦ ਭਗਤ ਸਿੰਘ ਯੂਨੀਅਨ ਪੰਜਾਬ ਵੱਲੋਂ ਦੁੱਖ ਦੇ ਵਿੱਚ, ਸੰਕਟ ਦੇ ਵਿੱਚ ਘਿਰੇ ਹੋਏ ਸਾਡੇ ਡਰਾਈਵਰ ਵੀਰ ਛੋਟੇ ਹਾਥੀ ਵਾਲੇ ਅੱਜ ਜੁਗਾੜੂ ਜਿਹੜੇ ਸੜਕਾਂ 'ਤੇ ਦੌੜ ਰਹੇ ਨੇ, ਇਹਨਾਂ ਨੂੰ ਬੰਦ ਕਰਾਉਣ ਖਾਤਰ ਪੂਰੇ ਪੰਜਾਬ ਦੇ ਵਿੱਚ ਧਰਨੇ ਲਗਾਏ ਜਾ ਰਹੇ ਹਨ। ਇਸੇ ਹਿਸਾਬ ਦੇ ਨਾਲ ਅੱਜ ਅਨੰਦਪੁਰ ਸਾਹਿਬ, ਨੂਰਪੁਰ ਬੇਦੀ, ਖਮਾਣੋ, ਮਾਛੀਵਾੜਾ, ਸਾਡੇ ਰਾਜ ਕੁਮਾਰ ਜੀ, ਚਰਨਜੀਤ ਸਿੰਘ ਜੀ ਸੱਦੇ ਉੱਤੇ ਅੱਜ ਅਸੀਂ ਇਹ ਜਿਹੜਾ ਨੈਸ਼ਨਲ ਰੋਡ ਵੱਡਾ ਜਾਮ ਕੀਤਾ ਗਿਆ। ਅਸੀਂ ਇਹ ਬੇਨਤੀ ਕਰਦੇ ਹਾਂ ਸਾਰੇ ਡਰਾਈਵਰ, ਇਹ ਸਾਰਾ ਗਰੀਬ ਤਬਕਾ ਹੈ, ਅਸੀਂ ਭਗਵੰਤ ਮਾਨ ਜੀ ਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਹਾਨੂੰ ਜਿਹੜੀਆਂ ਵੋਟਾਂ ਪਾਈਆਂ ਇਹ ਇਕੱਲੇ ਰਿਕਸ਼ੇ ਵਾਲਿਆਂ ਨੇ ਨਹੀਂ ਪਾਈਆਂ, ਇਹ ਵੋਟਾਂ ਛੋਟੇ ਹਾਥੀ ਵਾਲੇ ਜਿਹੜੇ ਨੇ, ਗਰੀਬ ਪਰਿਵਾਰ ਹੈ, ਇਹਨਾਂ ਨੇ ਵੀ ਵੋਟਾਂ ਪਾਈਆਂ ਤੁਹਾਨੂੰ। ਸਾਡੀ ਜਿਹੜੀ ਗੱਲ ਹੈ ਇਸ ਨੂੰ ਸੁਣਨਾ ਕਰੋ, ਸਾਡੀ ਗਰੀਬੀ ਦਾ ਵੀ ਕੋਈ ਹੱਲ ਕਰੋ, ਅਸੀਂ ਤਾਂ ਬਹੁਤ ਬੇਰੁਜ਼ਗਾਰ ਹੋ ਚੁੱਕੇ ਹਾਂ। ਕੀ ਮੰਗ ਕੀ ਹੈ ਤੁਹਾਡੀ? ਮੰਗ ਸਾਡੀ ਇਹ ਹੈ, ਜਾਂ ਤਾਂ ਸਾਡੀਆਂ ਜਿਹੜੀਆਂ ਪਲੇਟਾਂ ਚਿੱਟੀਆਂ ਪੀਲੀਆਂ ਪਲੇਟਾਂ ਹੈ ਇਹਨਾਂ ਨੂੰ ਚਿੱਟੀਆਂ ਕਰ ਦਿੱਤਾ ਜਾਵੇ, ਸਾਡੇ ਰੋਡ ਟੈਕਸ ਮਾਫ਼ ਕਰ ਦਿੱਤੇ ਜਾਣ, ਸਾਡੇ ਹੋਰ ਟੈਕਸ ਜਿਹੜੇ ਮਾਫ਼ ਕਰ ਦਿੱਤੇ ਜਾਣ, ਸਾਡੀਆਂ ਪਾਸੀਆਂ ਜਿਹੜੀਆਂ ਮਾਫ਼ ਕਰ ਦਿੱਤੀਆਂ ਜਾਣ, ਸਾਨੂੰ ਵੀ ਜੁਗਾੜੂ ਰੇਹੜਾ ਐਲਾਨ ਕਰ ਦਿੱਤਾ ਜਾਵੇ। ਜੇ ਇਹਨਾਂ ਨੇ ਜੁਗਾੜੂ ਰੇਹੜੇ ਚਲਾਉਣੇ ਹੈ ਤਾਂ ਸਾਨੂੰ ਵੀ ਜੁਗਾੜੂ ਜਿਹੜਾ ਰੂਪ ਹੈ ਦੇ ਦਿੱਤਾ ਜਾਵੇ। ਜੇ ਜੁਗਾੜ ਦੇ ਨਾਲ ਹੀ ਸਰਕਾਰਾਂ ਚੱਲਣੀਆਂ ਫਿਰ ਜੁਗਾੜ ਦੇ ਨਾਲ ਹੀ ਸਰਕਾਰਾਂ ਚੱਲਣ। ਜੇ ਇਹਨਾਂ ਨੇ ਇਹੀ ਮਿਥਿਆ ਹੋਇਆ, ਅਸੀਂ ਤਾਂ ਇਹ ਗੱਲ ਕਹਿੰਦੇ ਹਾਂ ਸਾਰੇ ਵੀ ਜਿੰਨਾ ਕਾਨੂੰਨ ਹੈ ਦੇਸ਼ ਨੂੰ ਕਾਨੂੰਨ ਦੇ ਨਾਲ ਚੱਲਣ ਦਿਓ, ਇਹਨਾਂ ਨੂੰ ਜੁਗਾੜ ਤੋਂ ਬੰਦ ਕਰੋ, ਜਿਹੜਾ ਦੇਸ਼ ਦਾ ਕਾਨੂੰਨ ਹੈ ਇਹਨੂੰ ਸੰਵਿਧਾਨ ਦੇ ਨਾਲ ਚੱਲਣ ਦਿਓ। ਇਹ ਜੋ ਮੋਟਰਸਾਈਕਲ ਰੇਹੜੇ ਹੈ ਇਹ ਕਾਨੂੰਨ ਤੋਂ ਵੱਖ ਨੇ, ਇਹ ਬਿਲਕੁਲ ਨਜਾਇਜ਼ ਹੈ, ਇਹਨਾਂ ਨੂੰ ਛੇਤੀ ਤੋਂ ਛੇਤੀ ਬੰਦ ਕੀਤਾ ਜਾਵੇ।